ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਕੱਲ੍ਹ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਅਤੇ ਮੈਂ ਫਰੀਦਕੋਟ ਸੰਸਦੀ ਹਲਕੇ ਦੇ ਕਾਲਜ ਬਲਜਿੰਦਰਾ ਕਾਲਜ ਦੇ ਵਿੱਚ ਖੜ੍ਹਾ। ਲਗਭਗ 6 ਵਜੇ ਤੱਕ ਵੋਟਿੰਗ ਸੀ ਅਤੇ 8 ਵਜੇ ਤੱਕ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੋਟਾਂ ਜਿਹੜੀਆਂ ਸੀ ਉਹ ਪੈ ਚੁੱਕੀਆਂ ਸੀ। ਉਸ ਤੋਂ ਬਾਅਦ ਕੁਛ ਕਾਰਵਾਈ ਹੁੰਦੀ ਹੈ, ਪ੍ਰਜ਼ਾਈਡਿੰਗ ਅਫਸਰ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਮਸ਼ੀਨਾਂ ਸੀਲ ਕਰਕੇ ਜਿਹੜੀਆਂ ਹੈਗੀਆਂ ਭੇਜਣੀਆਂ ਹੁੰਦੀਆਂ। ਇਹ ਸਾਰੀਆਂ ਮਸ਼ੀਨਾਂ ਫਰੀਦਕੋਟ ਸੰਸਦੀ ਹਲਕੇ ਦੀਆਂ ਦੋ ਜਗ੍ਹਾ 'ਤੇ ਰਾਤ ਨੂੰ ਇਕੱਠੀਆਂ ਹੋ ਕੇ ਸਟਰੋਂਗ ਰੂਮ ਜਿਹੜੇ ਹੈਗੇ ਆ ਉਹ ਸੀਲ ਹੋਣੇ ਸੀ। ਮਾਨਯੋਗ ਡਿਪਟੀ ਕਮਿਸ਼ਨਰ ਦੇ ਨਾਲ ਗੁਰਸੇਵਕ ਸਿੰਘ ਜਵਾਰਕੇ ਹੋਰਾਂ ਦੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਸ਼ੀਨਾਂ ਰਾਤ ਦੇ 12:30 ਵਜੇ ਤੱਕ ਪਹੁੰਚ ਜਾਣਗੀਆਂ। ਪਰੰਤੂ ਫਰੀਦਕੋਟ ਬਰਜਿੰਦਰਾ ਕਾਲਜ ਦੇ ਵਿੱਚ ਇਹ ਮਸ਼ੀਨਾਂ ਸਾਰੀ ਰਾਤ ਨਹੀਂ ਆਈਆਂ, ਸਟਰੋਂਗ ਰੂਮ ਖੁੱਲ੍ਹਾ ਰਿਹਾ। ਹੁਣ ਕੋਟਕਪੂਰੇ ਦੀਆਂ ਮਸ਼ੀਨਾਂ ਆ ਸਾਹਮਣੇ ਜਿਹੜਾ ਕੈਂਟਰ ਤੁਸੀਂ ਦੇਖ ਰਹੇ ਹੋ ਇਹਦੇ ਉੱਤੇ ਹੁਣ ਆ ਰਹੀਆਂ ਨੇ, ਔਰ ਸਮਾਂ ਲਗਭਗ ਜਿਹੜਾ ਹੈ ਉਹ 6:45 ਵਜੇ ਦਾ ਹੋ ਚੁੱਕਿਆ। ਅਤੇ ਬਿਨਾਂ ਸ਼ੱਕ ਇਸ ਸੰਸਦੀ ਸੀਟ ਦੇ ਉੱਤੇ ਆਪਾਂ 48 ਡਿਗਰੀ ਟੈਂਪਰੇਚਰ ਦੇ ਵਿੱਚ ਦੇਖਦੇ ਰਹੇ ਹਾਂ ਕਿ ਕਿਸ ਤਰ੍ਹਾਂ ਮਤਲਬ ਸੰਗਤਾਂ ਨੇ ਉਤਸ਼ਾਹ ਦੇ ਨਾਲ ਇਹ ਚੋਣ ਲੜੀ ਹੈ। ਦੇਖੋ, ਅਫਸਰਾਂ ਦੇ ਨਾਲ ਜਿਹੜੀ ਗੱਲ ਹੋਈ ਆ ਉਹਦੇ 'ਚ ਇਹ ਹੈ ਕਿ ਇੱਥੇ ਲਗਾਤਾਰ ਜਿਹੜਾ ਹੈਗਾ ਕੈਮਰੇ ਚੱਲ ਰਹੇ ਨੇ, ਅਤੇ ਇਸੇ ਤਰ੍ਹਾਂ ਜਦੋਂ ਮਸ਼ੀਨਾਂ ਅਲੱਗ ਅਲੱਗ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੀ ਪਹੁੰਚੀਆਂ ਉੱਥੇ ਵੀ ਕੈਮਰੇ ਜਿਹੜੇ ਹੈਗੇ ਆ ਚੱਲ ਰਹੇ ਆ, ਔਰ ਉਹ ਲਾਈਵ ਕੈਮਰੇ ਜ਼ਿਲ੍ਹਾ ਪੱਧਰ ਦੇ ਉੱਤੇ ਰਿਟਰਨਿੰਗ ਅਫਸਰ ਦੀ ਨਿਗਰਾਨੀ 'ਚ ਨੇ, ਜਾਂ ਕਹਿ ਲਓ ਵੀ ਉਹ ਪੰਜਾਬ ਪੱਧਰ ਤੱਕ ਨਿਗਰਾਨੀ 'ਚ ਨੇ। ਪਰੰਤੂ ਆਪਾਂ ਜਾਣਦੇ ਹਾਂ ਕਿ ਇੱਥੇ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਕੀ ਕਰ ਸਕਦੀਆਂ, ਕਿਉਂਕਿ ਖਾਸ ਤੌਰ ਦੇ ਉੱਤੇ ਜਿਹੜਾ ਇਹ ਸੰਸਦੀ ਸੀਟ ਹੈ, ਇਸ ਸੀਟ ਉੱਤੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੋਇਆ, ਔਰ ਅਮਰ ਸ਼ਹੀਦ ਸਰਦਾਰ ਬੇਅੰਤ ਸਿੰਘ ਹੋਰਾਂ ਦਾ ਜਿਹੜਾ ਸਪੁੱਤਰ ਹੈ ਉਹ ਚੋਣ ਲੜ ਰਿਹਾ। ਆਹ ਤੁਸੀਂ ਦੇਖ ਹੀ ਰਹੇ ਹੋ, ਸਾਰੇ ਬੰਦੇ ਜਿਹੜੇ ਇਹਦੇ ਨਾਲ ਆ ਰਹੇ ਨੇ, ਕਹਿ ਲਓ ਵੀ ਇਹ ਉਹ ਬੰਦੇ ਨੇ ਮਜ਼ਦੂਰ ਨੇ ਜਿਨ੍ਹਾਂ ਨੇ ਚੱਕ ਕੇ ਰੱਖਣੀਆਂ ਮਸ਼ੀਨਾਂ ਜਾਂ ਕਰਨੀਆਂ, ਹੈ ਨਾ, ਇਹਨਾਂ 'ਚੋਂ ਕਿੰਨੇ ਕੁ ਆਪਣੇ ਬੰਦੇ ਨੇ ਤੁਸੀਂ ਨਿਗਾਹ ਮਾਰ ਹੀ ਲਓ ਧਿਆਨ ਨਾਲ, ਹੈ ਨਾ। SDM ਸਾਹਿਬ ਇਸ ਗੱਡੀ ਦੇ ਵਿੱਚ ਜਾ ਰਹੇ ਨੇ, ਕੈਮਰੇ ਵਾਲਾ ਬੰਦਾ ਜਿਹੜਾ ਹੈਗਾ ਤੁਸੀਂ ਸਾਹਮਣੇ ਦੇਖ ਰਹੇ ਹੋ, ਮੈਂ ਤੁਹਾਨੂੰ ਨੇੜੇ ਕਰਕੇ ਵੀ ਦਿਖਾ ਦਿੰਦਾ, ਹੈ ਨਾ, ਇਹਦੀ ਵੀਡੀਓਗ੍ਰਾਫੀ ਕਰ ਰਿਹਾ। ਪਰ ਆਪਣੇ ਬੰਦੇ ਤਾਂ ਲਗਭਗ ਸਾਰੇ ਘਰੋਂ ਘਰੀ ਜਾ ਕੇ ਪੈ ਗਏ, ਸਾਰੀ ਰਾਤ ਮਸ਼ੀਨਾਂ ਰਹੀਆਂ। ਚੰਗੀ ਗੱਲ ਹੈ ਇਹ ਨਤੀਜੇ ਸਾਰਥਕ ਹੋਣ, ਪਰ ਸਾਧ ਸੰਗਤ ਜੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਕੋਈ ਵੀ ਚੋਣ ਸਰਵੇ ਜਿਹੜਾ ਚੈਨਲਾਂ 'ਤੇ ਚੱਲ ਰਿਹਾ ਉਹ ਪੰਜਾਬ ਦੇ ਵਿੱਚ ਕਿਸੇ ਵੀ ਆਜ਼ਾਦ ਉਮੀਦਵਾਰ ਨੂੰ ਇਹ ਨਹੀਂ ਦਿਖਾ ਰਿਹਾ ਕਿ ਉਹ ਜਿਹੜਾ ਆਜ਼ਾਦ ਉਮੀਦਵਾਰ ਹੈਗਾ ਉਹ ਜਿੱਤ ਰਿਹਾ ਪੰਜਾਬ 'ਚ। ਰਾਤ ਮੇਰੀ ਰਤਨਦੀਪ ਸਿੰਘ ਧਾਲੀਵਾਲ ਜਿਹੜੇ ਕਿ ਮਤਲਬ ਯੂਟਿਊਬ ਚੈਨਲ ਚਲਾਉਂਦੇ ਨੇ, ਯੂਟਿਊਬਰ ਨੇ, ਉਹਨਾਂ ਦੇ ਨਾਲ ਗੱਲਬਾਤ ਹੋਈ, ਉਹ ਕਹਿੰਦੇ ਵੀ ਪੰਜਾਬ ਦੇ CID ਵਾਲੇ ਇਹ ਕਹਿ ਰਹੇ ਨੇ ਵੀ ਇੱਥੇ 25,000 ਵੋਟਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਰਿਹਾ। ਹੁਣ ਗੱਲ ਇਹ ਆ ਵੀ ਇਹ ਚੋਣ ਜਿਹੜੀ ਹੈਗੀ ਆ, ਕੱਲ੍ਹ ਮੈਂ ਸਾਰੀ ਦਿਹਾੜੀ ਦੋ ਹਲਕਿਆਂ ਦੇ ਵਿੱਚ ਘੁੰਮਿਆ, ਇਹ ਤੋਂ ਇਲਾਵਾ ਗੁਰਦੀਪ ਸਿੰਘ ਬਠਿੰਡਾ ਘੁੰਮੇ ਨੇ ਸਾਰਾ ਦਿਨ, ਬੂਟਾ ਸਿੰਘ ਰਣਸ਼ੀ ਘੁੰਮੇ ਨੇ, ਇਸੇ ਤਰ੍ਹਾਂ ਬਲਵਿੰਦਰ ਸਿੰਘ ਬਾਵਾ ਰੋਡਿਆਂ ਤੋਂ ਉਹ ਘੁੰਮਦੇ ਰਹੇ ਨੇ, ਸਰਬਜੀਤ ਸਿੰਘ ਮਲੋਆ ਆਪ ਘੁੰਮਦੇ ਰਹੇ ਨੇ, ਔਰ ਇਸੇ ਤਰ੍ਹਾਂ ਜਿਹੜਾ ਹੈਗਾ ਆਪਣੇ
ਹੋਰ ਬੰਦੇ ਡੋਡ ਹੈਗਾ ਦਲੇਰ ਸਿੰਘ ਡੋਡ ਵੀ ਆਗੂ ਬੰਦੇ ਬਲਜੀਤ ਸਿੰਘ ਸ਼ੇਰ ਘੁੰਮਦੇ ਰਹੇ ਨੇ, ਸਾਰੇ ਘੁੰਮਦੇ ਰਹੇ ਨੇ। ਹੁਣ ਸ਼ਾਮ ਤੱਕ ਉਤਸ਼ਾਹ ਬਣਿਆ ਰਿਹਾ, ਸਿਰਫ ਜਿਹੜੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਮਲੋਆ ਗੰਨਾ ਕਿਸਾਨ ਦੇ ਜਿਹੜੇ ਸੀਗੇ ਇਹ ਜਸਵੀਰ ਸਿੰਘ ਜੀ ਨੇ, ਇਹਨਾਂ ਕਲਾਕਾਰ ਨੇ, ਤੁਸੀਂ ਦੇਖਦੇ ਵੀ ਬਲਜਿੰਦਰਾ ਕਾਲਜ ਘੁੰਮ ਰਹੇ ਨੇ, ਵੀ ਆਪਣੇ ਬੂਥਾਂ ਦੇ ਉੱਤੇ ਪੂਰਾ ਉਤਸ਼ਾਹ ਬਣਿਆ ਰਿਹਾ। ਇਹ ਮਸ਼ੀਨਾਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਮੁਤਾਬਕ ਰਾਤੀ 12 ਵਜੇ ਤੱਕ ਆ ਜਾਣੀਆਂ ਚਾਹੀਦੀਆਂ ਸੀ, ਪਰ ਨਹੀਂ ਆਈਆਂ, ਸਟਰੋਂਗ ਰੂਮ ਸੀਲ ਨਹੀਂ ਹੋਇਆ। ਸੋ ਜੇ ਤਾਂ ਨਤੀਜੇ ਅਨੁਕੂਲ ਆ ਜਾਂਦੇ ਨੇ, ਜਿਸ ਤਰ੍ਹਾਂ ਸੰਗਤਾਂ ਦਾ ਉਤਸ਼ਾਹ ਸੀਗਾ, ਫਿਰ ਤਾਂ ਹੈਗੀ ਆ ਚੜ੍ਹਦੀ ਕਲਾ। ਪਰ ਫਿਰ ਤਾਂ ਇਹਨਾਂ ਦੇ ਕੈਮਰੇ ਵੀ ਠੀਕ ਨੇ, ਸਾਰਾ ਕੁਛ ਠੀਕ ਹੈ, ਅਤੇ ਉਹ ਸੰਗਤਾਂ ਦੇ ਉਤਸ਼ਾਹ ਦੇ ਨਾਲ ਜਾਂ ਪਾਈਆਂ ਵੋਟਾਂ ਦੇ ਨਾਲ ਗੱਲ ਮੇਲ ਖਾਂਦੀ ਹੈ। ਅਤੇ ਜੇ ਹੁਣ ਇਸ ਸੀਟ ਤੋਂ ਕੋਈ ਹੋਰ ਜਿੱਤਦਾ ਫਿਰੇ ਅਤੇ ਸੰਗਤਾਂ 48 ਡਿਗਰੀ ਟੈਂਪਰੇਚਰ ਦੇ ਵਿੱਚ ਆਪਾਂ ਦੇਖਿਆ ਕਿ ਕਿੰਨੇ ਮਤਲਬ ਰੋਡ ਸ਼ੋਅ ਹੋਏ ਨੇ। ਆਹ ਸਾਹਮਣੇ ਮੁੱਖ ਹਾਲ ਹੈਗਾ, ਇਸ ਹਾਲ ਦੇ ਵਿੱਚ ਫਰੀਦਕੋਟ ਦੀਆਂ ਮਸ਼ੀਨਾਂ ਪਈਆਂ ਨੇ, ਇਹ ਵੀ ਸੀਲ ਨਹੀਂ ਕੀਤਾ ਗਿਆ, ਇਹ ਵੀ ਇਸੇ ਤਰ੍ਹਾਂ ਖੁੱਲ੍ਹਾ। ਪਰ ਮੈਂ ਦੁਬਾਰਾ ਦੱਸ ਦਿਆਂ ਕਿ ਗੁਰਸੇਵਕ ਸਿੰਘ ਜਵਾਰ ਕੇ ਜਿਹੜੇ ਕਿ ਮਤਲਬ ਚੋਣ ਏਜੰਟ ਨੇ, ਜਿਹੜੇ ਉਮੀਦਵਾਰ ਦੇ ਨਾਲ ਇੱਕ ਜਣਾ ਜਾਂ ਦੋ ਜਣੇ ਨਿਯੁਕਤ ਕੀਤੇ ਜਾ ਸਕਦੇ ਨੇ, ਉਹਨਾਂ ਨੇ ਰਾਤ ਮੁੱਖ ਚੋਣ ਅਧਿਕਾਰੀ ਜਿਹੜੇ ਡਿਪਟੀ ਕਮਿਸ਼ਨਰ ਫਰੀਦਕੋਟ ਸੀ ਉਹਨਾਂ ਨਾਲ ਗੱਲ ਕੀਤੀ, ਤਾਂ ਉਹ ਕਹਿੰਦੇ ਸੀ ਵੀ 12:30 ਵਜੇ ਤੱਕ ਮਸ਼ੀਨਾਂ ਆ ਜਾਣਗੀਆਂ। ਸੋ ਇਹ ਸਾਰੀ ਗੱਲ ਲਾਈਵ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੱਤੀ ਹੈ। ਹੁਣ ਇਹਨੂੰ ਤੁਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਸ਼ੇਅਰ ਕਰਨਾ। ਮੈਂ ਸਰਦਾਰ ਸਰਬਜੀਤ ਸਿੰਘ ਹੋਰਾਂ ਨੂੰ, ਜਿਹੜੇ ਆਪਣੇ ਉਮੀਦਵਾਰ ਨੇ, ਉਹਨਾਂ ਨੂੰ ਵੀ ਬੇਨਤੀ ਕਰਦਾ ਹੈ ਵੀਡੀਓ ਖਤਮ ਹੋਣ ਤੋਂ ਬਾਅਦ ਉਹ ਆਪਦੇ ਪੇਜ ਦੇ ਉੱਤੇ ਵੀ ਇਹ ਸਾਰਾ ਪਾ ਦੇਣਗੇ। ਸੋ ਇੱਥੇ ਆਪਣੇ ਮੁੰਡੇ ਸਾਰੀ ਰਾਤ ਜਿਹੜੇ ਬੈਠੇ ਰਹੇ ਨੇ ਔਰ ਉਹਨਾਂ ਨਾਲ ਗੱਲਬਾਤ ਜਿਹੜੀ ਹੈਗੀ ਆ ਉਹ ਹੁੰਦੀ ਰਹੀ ਹੈ ਸਾਰੀ ਰਾਤ, ਪਰ ਮਸ਼ੀਨਾਂ ਇੱਥੇ ਸਾਰੀ ਰਾਤ ਨਹੀਂ ਪਹੁੰਚੀਆਂ। ਅਤੇ ਹੁਣ ਵੀ ਕੇਵਲ ਇੱਥੇ 5 ਹਲਕਿਆਂ ਦੀਆਂ ਮਸ਼ੀਨਾਂ ਆਉਣੀਆਂ ਨੇ, 5 ਹਲਕੇ ਮਤਲਬ ਰਾਮਪੁਰੇ ਫੂਲ ਦੀਆਂ ਆਉਣੀਆਂ ਨੇ, ਗਿੱਦੜਬਾਹੇ ਦੀਆਂ ਆਉਣੀਆਂ ਨੇ। ਇੱਕ ਗੱਲ ਦਾ ਮੈਂ ਹੋਰ ਜ਼ਿਕਰ ਕਰਾਂ ਕਿ ਰਾਤ ਗਿੱਦੜਬਾਹੇ ਵਾਲਿਆਂ ਨਾਲ ਗੱਲ ਹੋਈ ਆਪਣੀ, ਅਤੇ ਉਹ ਰਾਤੀ 2:30 ਵਜੇ ਕਹਿ ਰਹੇ ਸੀ ਵੀ ਅਸੀਂ ਮਸ਼ੀਨਾਂ ਲੱਦ ਰਹੇ ਹਾਂ, ਅਸੀਂ ਲਿਆ ਰਹੇ ਹਾਂ, ਪਰ ਮਸ਼ੀਨਾਂ ਇੱਥੇ ਨਹੀਂ ਆਈਆਂ। ਅਤੇ ਇਹ ਇੱਥੇ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਰੱਖੀਆਂ ਜਾਣੀਆਂ ਨੇ। ਅਤੇ ਇਹ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਵੈਸੇ ਦੇਖੋ ਸੀਲਾਂ ਵੀ ਲੱਗੀਆਂ ਹੋਈਆਂ ਨੇ, ਸਾਰਾ ਕੁਛ ਹੈ, ਪਰੰਤੂ ਫਿਰ ਵੀ ਇਹ ਜਿਹੜਾ ਮਤਲਬ ਇੱਥੋਂ ਦੀ ਚੋਣ ਹੈ ਉਹ ਦੇਸ਼ ਦੇ ਬਾਕੀ ਚੋਣ ਹਲਕਿਆਂ ਦੇ ਨਾਲੋਂ ਬਿਲਕੁਲ ਵੱਖਰੀ ਹੈ। ਇਹ ਅਫਸਰ ਸਾਹਿਬਾਨ ਖੜ੍ਹੇ ਨੇ। ਸਤਿ ਗੱਲ ਜੀ ਮੈਡਮ, ਰਾਤੀ DC ਸਾਹਿਬ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀ ਵੀ ਮਸ਼ੀਨਾਂ 12:30 ਵਜੇ ਤੱਕ ਆ ਜਾਣਗੀਆਂ, ਰਾਤੀ ਕਿਉਂ ਨਹੀਂ ਆਈਆਂ ਜੀ? ਜੀ ਪਹਿਲਾਂ ਜੀ 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 ਨਹੀਂ, ਰਾਤੀ 12:30 ਵਜੇ ਸਾਡੀ ਗਿੱਦੜਬਾਹੇ ਗੱਲ ਹੋਈ, ਉਹ ਕਹਿੰਦੇ ਵੀ ਸਾਰੀਆਂ ਮਸ਼ੀਨਾਂ ਗਿੱਦੜਬਾਹੇ ਆ ਚੁੱਕੀਆਂ ਨੇ, ਇੱਥੋਂ ਦਾ ਸਫ਼ਰ ਤਾਂ ਘੰਟੇ ਦਾ ਜੀ, ਕੋਟਕਪੂਰੇ ਦਾ ਅੱਧੇ ਘੰਟੇ ਦਾ ਜੀ। ਨਹੀਂ ਗਿੱਦੜਬਾਹੇ ਵਾਲੇ ਨਹੀਂ ਆਏ ਜੀ, ਆਪ ਜੀ ਇਨਸ਼ੋਰ ਕਰਦੇ ਹੋ ਕਿ ਸਾਰਾ ਕੁਛ ਬਹੁਤ ਵਧੀਆ ਢੰਗ ਨਾਲ ਹੋਏਗਾ ਜੀ? ਹੋਏਗਾ ਕਿਆ ਜੀ, ਮੈਂ ਤਾਂ ਕਹਿੰਦੀ ਹਾਂ ਕਿ ਹੋ ਰਿਹਾ ਹੈ ਜੀ। ਚਲੋ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਇਹ ਕੌਣ ਸੀਗੇ ਜੀ? SDM ਸਾਹਿਬ ਕੋਟਕਪੂਰਾ। ਇਹ ਸਾਧ ਸੰਗਤ ਜੀ SDM ਕੋਟਕਪੂਰਾ ਸੀਗੇ, ਜਿਨ੍ਹਾਂ ਨੇ ਯਕੀਨ ਦਵਾਇਆ ਕਿ ਸਾਰਾ ਕੁਛ ਠੀਕ ਠਾਕ ਹੋ ਰਿਹਾ। ਚਲੋ ਆਪਾਂ ਇੰਤਜ਼ਾਰ ਕਰਦੇ ਹਾਂ 4 ਦਾ ਕਿ ਸਾਰਾ ਕੁਛ ਠੀਕ ਠਾਕ ਹੀ ਹੋਵੇ। ਸੱਚੇ ਪਾਤਸ਼ਾਹ ਵਾਹਿਗੁਰੂ ਕੌਮ ਦੀਆਂ, ਪੰਜਾਬੀਆਂ ਦੀਆਂ,
ਭਾਵਨਾਵਾਂ ਦੇ ਅਨੁਕੂਲ ਹੀ ਸਾਰਾ ਕੁਝ ਠੀਕ ਠਾਕ ਹੋਵੇ। ਜਿਸ ਤਰ੍ਹਾਂ ਵੋਟਾਂ ਅਮਨ ਅਮਾਨ ਦੇ ਨਾਲ ਪਈਆਂ ਨੇ, ਉਸੇ ਤਰ੍ਹਾਂ ਇਹਦੇ ਨਤੀਜੇ ਵੀ ਸ਼ੱਕ ਦੇ ਦਾਇਰੇ ਦੇ ਵਿੱਚ ਨਾ ਆਉਣ। ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨ ਦੀ ਆਪ ਜੀ ਨੂੰ ਬੇਨਤੀ ਕਰਦੇ ਹਾਂ, ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜੋ ਰਾਤ ਭਰ ਹੋਇਆ ਅਤੇ ਹੁਣ ਹੋ ਰਿਹਾ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।